ਸਤਿ ਸ਼੍ਰੀ ਅਕਾਲ ਜੀ ਸਾਰੇ ਜਾਣ ਨੂੰ, ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਸਭ ਨੂੰ। ਸਿੰਘਮ ਫਿਲਮ ਜਿਹਦੇ ਬਾਰੇ ਆਪਾਂ ਨੂੰ ਦੱਸਣ ਦੀ ਲੋੜ ਨਹੀਂ, ਪੰਜਾਬੀ ਬਣ ਰਹੀ ਹੈ ਜੀ। ਐਂਡ ਆਈ ਐਮ ਸੋ ਹੈਪੀ, ਆਈ ਐਮ ਸੋ ਗ੍ਰੇਟਫੁਲ। ਮੈਂ ਵਾਹਿਗੁਰੂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਮੈਂ ਜਿੰਨੇ ਮੇਰੇ ਫੈਨਸ ਨੇ, ਜਿੰਨੇ ਮੇਰੇ ਸਪੋਰਟਰਸ ਨੇ, ਤੁਹਾਨੂੰ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ। ਮੈਂ ਉਹ ਦਿਨ ਪੀਟੀਸੀ ਫੰਕਸ਼ਨ ਤੇ ਕਹਿਣਾ ਚਾਹੁੰਦਾ ਸੀ, ਪਰ ਮੈਂ ਐਕਸਾਈਟਡ ਬਾਹਲਾ ਸੀ, ਪਰ ਮੈਂ ਬੋਲਿਆ ਨਹੀਂ, ਬਿਕਾਜ਼ ਆਈ ਵਾਜ਼ ਵੇਟਿੰਗ ਫੋਰ ਦੀ ਅਫੀਸ਼ੀਅਲ ਅਨਾਊਂਸਮੈਂਟ। ਸਿੰਘਮ ਪੰਜਾਬੀ ਚ ਬਣ ਰਹੀ ਹੈ ਜੀ, ਪੰਜਾਬੀ ਦੇ ਪੰਜਾਬੀ ਉਹਦਾ ਰੀਮੇਕ ਹੈ, ਤੇ ਆਈ ਐਮ ਆਨਰਡ ਟੂ ਪਲੇ ਸਿੰਘਮ। ਸੋ 2019 ਲੈਟ ਚੱਕ, ਮੈਂ ਆ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰੇ ਜਾਣੋ, ਮੈਂ ਤੁਹਾਡਾ ਆਪਣਾ ਮਨੀਸ਼ ਸ਼ਰਮਾ। ਮੈਂ 2 ਦਿਨਾਂ ਤੋਂ ਸੋਚ ਰਿਹਾ ਸੀ ਮੈਂ ਕੀ ਲਿਖ ਕੇ ਪਾਵਾਂ, ਪਰ ਮੈਂ ਇਹ ਵੀਡੀਓ ਬਣਾ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ। ਪੀਟੀਸੀ ਫਿਲਮ ਅਵਾਰਡ ਦੇ ਵਿੱਚ ਇਸ ਸਾਲ ਮੈਨੂੰ ਬੈਸਟ ਡੈਬਿਊ ਮੇਲ ਦਾ ਅਵਾਰਡ ਮਿਲਿਆ ਜੀ। ਆਈ ਐਮ ਰੀਅਲੀ ਹੈਪੀ। ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ, ਜਿਨ੍ਹਾਂ ਨੇ ਜਾ ਕੇ ਫਿਲਮ ਵੇਖੀ, ਜਿਨ੍ਹਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ। ਜੇ ਤੁਸੀਂ ਨਾ ਹੁੰਦੇ ਤਾਂ ਫਿਲਮ ਨਾ ਹੁੰਦੀ, ਜੇ ਤੁਸੀਂ ਨਾ ਹੁੰਦੇ ਇਹ ਅਵਾਰਡ ਨਾ ਹੁੰਦਾ। ਗਾਲ ਨਹੀਂ ਕੱਢਣੀ, ਗਾਣੇ ਦੇ 112 million ਵਿਊ ਹੋ ਗਏ, 1 million ਲਾਈਕ ਆ ਉਹ ਗਾਣੇ ਦੇ ਉੱਤੇ। ਮੈਂ ਦਿਲੋਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ। ਮੈਂ ਉਮੀਦ ਕਰਦਾ ਐਜ਼ ਐਨ ਆਰਟਿਸਟ, ਤੁਸੀਂ ਮੇਰੇ ਤੋਂ ਜੋ ਵੀ ਉਮੀਦ ਰੱਖਦੇ ਹੋ ਉਹਨਾਂ ਉਮੀਦਾਂ ਦੇ ਖਰਾ ਉਤਰਦਾ ਰਹੂੰਗਾ, ਐਵੇਂ ਤੁਹਾਡੇ ਨਾਲ ਤੁਹਾਡੇ ਲਈ ਕੰਮ ਕਰਦਾ ਰਹੂੰਗਾ। ਅਤੇ ਕੋਈ ਗਲਤੀ ਹੋ ਗਈ ਹੋਵੇ ਉਹਦੀ ਮਾਫ਼ ਕਰਿਓ ਜੀ, ਅਤੇ ਐਵੇਂ ਪਿਆਰ ਦਿੰਦੇ ਰਹੋ। ਤੁਹਾਡਾ ਆਪਣਾ ਮਨੀਸ਼ ਸ਼ਰਮਾ। ਥੈਂਕ ਯੂ। ਨੀ ਤੂੰ ਤਾਂ ਕੱਲੇ ਦਿਲ ਤੋੜਦੀ, ਮੁੰਡਾ ਅੰਬਰ ਤੋੜਦਾ ਤਾਰੇ, ਕਿਹੜਾ ਦੱਸ ਤੋੜਾ, ਦੱਸ ਕਿਹੜਾ, ਦੱਸ ਕਿਹੜਾ। ਨੀ ਤੂੰ ਤਾਂ ਕੱਲੇ ਦਿਲ ਤੋੜਦੀ, ਹਾਏ।